ਮੈਂ ਜਸਵੰਤ ਟੋਨੀ ਅਤੇ ਮੈਂ ਬਾਜੀਗਰ ਕਬੀਲਾ ਨੇ ਬਿਲੋਂਗ ਕਰੂੰ ਛੂੰ ਅਤੇ ਮੈਂ ਪੰਜਾਬੀ ਯੂਨੀਵਰਸਿਟੀ ਮੀ PhD ਕਰੇ ਰਿਹਾ ਹੂੰ ਅਤੇ ਮਾਰੇ ਜਿਹੜੇ ਬਾਜੀਗਰ ਲੋਕ ਹੀ ਇਹ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਮੀ ਵੀ ਥੋੜ੍ਹਾ ਬਹੁਤੇ ਪਾਏ ਜਾਵੇ ਜੀ ਮੈਂ ਵੀ ਜਿਹੜੇ ਇੱਥਾ ਮੈਂ ਜਿਹੜੇ ਕਮਿਊਨਿਟੀ ਨੂੰ ਬਿਲੋਂਗ ਕਰੂੰ ਜਿਹਨੂੰ ਕਬੀਲੇ ਨੂੰ ਬਿਲੋਂਗ ਕਰੂੰ ਇਹ ਮੋਸਟਲੀ ਪਾਕਿਸਤਾਨੀ ਵਾਲੇ ਆਏ ਹੋਏ ਜੀ ਸਭ ਤੋਂ ਪਹਿਲਾਂ ਜਿਹੜੇ ਮਾਰੇ ਲੋਕ ਤਾਂ ਰਾਜਸਥਾਨੀ ਵੀ ਰਹਿਤੇ ਅਤੇ ਜਿਵੇਂ ਜਿਹਦਾ ਕਿ ਪਤਾ ਹੋਈ ਆ ਸਾਰਿਆਂ ਨੇ ਵੀ ਜੈਮਲ ਫਤਿਹ ਵਾਲ ਕਹਾਵਤ ਗੱਲੇ ਜੁੜੀ ਹੋਈ ਆ ਵੀ ਜਿਹਨੂੰ ਜੈਮਲ ਫਤਿਹ ਤੋਂ ਅਕਬਰ ਨੇ ਆਪਣੇ ਧੀ ਦੇ ਇੱਥੇ ਬੰਦ ਕਰ ਦੇਣੀ ਤੀ ਵੀ ਨਾ ਕਰ ਦੇਣ ਉਹਦੇ ਰਿਸ਼ਤਾ 'ਤੇ ਇਹਦੇ ਕਰਕੇ ਉਹਨੂੰ ਪਰ ਅਟੈਕ ਕਰ ਦੇਣ ਵੀ ਇਹਨਾਂ ਨੂੰ ਮਾਰਿਓ ਜਾਵਾ ਖਤਰੇ ਨੂੰ ਰਣਾਂਸਲ ਗੁਲਸੀ ਕਰ ਦੇਣੀ ਜਾਵਾ ਇਹਦੇ ਕਰਕੇ ਦੌੜ ਕੇ ਕੋਈ ਪਾਕਿਸਤਾਨ ਚਲੇ ਗਿਆ ਕੋਈ ਪੰਜਾਬੀ ਵੀ ਪਹਿਲਾਂ ਹੀ ਵਾਸਤੇ ਤੁਹਾਨੂੰ ਗਲਿਆ ਕੇ ਵਸਣ ਲੱਗ ਗਿਆ ਤੀਜੇ ਇਸ ਜਿਹਨੇ ਹੋਰ ਕੇ ਸਟੇਟੋਂ ਵੀ ਚਲੇ ਗਿਆ ਅਤੇ ਮੈਂ ਮਾਰੋ ਗਾਂ ਮੈਨੂੰ ਅਰਨੇਟੂ ਆ ਅਤੇ ਮੈਂ ਕਿਸ ਤਰ੍ਹਾਂ ਉੱਥੋਂ ਨਿਕਲ ਕੇ ਆਇਓ ਅਤੇ ਇੱਥੇ ਪੜ੍ਹ ਪਹਿਲਾਂ ਮੈਂ 10ਵੀਂ ਕੀਤੀ ਫਿਰ ਮੈਂ +2 ਕੀਤੀ ਫਿਰ ਮੈਂ BA ਕਰਕੇ ਅਬੇ ਮੈਂ PhD MA ਵੀ ਯੂਨੀਵਰਸਿਟੀ ਮੈਂ ਪਾਸ ਆਊਟ ਹੂੰ ਵਧੀਆ ਨੰਬਰ ਉਹਲੇ ਪਾਸ ਕੀਤੀ ਅਬੇ ਮੈਂ ਆਪਣਾ PhD ਕਰੇ ਹੂੰ ਡਾਕਟਰ ਮੋਹਨ ਤਿਆਗੀ ਕਿਲੇ ਜਿਹਨੂੰ ਕਿ ਆਪਾਂ ਕਬੀਲੇ ਨਹੀਂ ਬਿਲੋਂਗ ਕਰਾਇਆ ਅਤੇ ਇਸ ਤੋਂ ਬਾਅਦ ਮੈਂ ਦੱਸਣਾ ਚਾਹੂੰ ਜਿਹਨੇ ਮਾਰੇ ਕਬੀਲਿਆਂ ਦਾ ਲੋਕਲ ਸੱਭਿਆਚਾਰ ਆ ਉਹ ਅਜੇ ਵੀ ਜਿਹਨੂੰ ਮੇਨ ਮੁੱਖ ਸੱਭਿਆਚਾਰ ਆ ਔਰ ਉੱਥੇ ਬਹੁਤ ਵੱਖਰੂ ਆ ਜਿਹੜਾ ਮੈਂ ਆਪਣੀ ਭਾਸ਼ਾ ਵੀ ਕਹਿੰਦੇ ਕਹਿੰਦੇ ਵੀ ਹਾਗ ਲਾਟੇ ਗਲਾਇਰ ਉਹ ਮਤਲਬ ਇਹ ਆ ਵੀ ਤੂੰ ਦੂਧ ਪੀ ਲੈ ਬਹੁਤੇ ਲੋਕਾਂ ਨੂੰ ਪਤਾ ਨਹੀਂ ਉਹ ਤੋਂ ਆ ਕਿਉਂਕਿ ਉਸ ਟਾਈਮ ਜਦੋਂ ਉਹਨੂੰ ਪਰ ਅਟੈਕ ਹੋਣੇ ਸ਼ੁਰੂ ਹੋਏ ਤਾਂ ਉਹਨੂੰ ਆਪਣਾ ਬਹੁਤ ਕੁਝ ਚੇਂਜ ਕਰ ਦੇਣ ਉਦੋਂ ਤਬਦੀਲੀ ਲੈ ਆਏ ਅਤੇ ਇਹਦੇ ਕਰਕੇ ਉਹਨਾਂ ਨੇ ਆਪਸ ਵਿੱਚ ਲਿੰਕ ਬਣਾ ਕੇ ਗੱਲ ਕਰਤੇ ਦੂਜੋ ਬੰਦਾ ਇਹਨੇ ਸਮਝ ਨਹੀਂ ਸਕਦਾ ਉਦੋਂ ਮਾਰੋ ਪਰਿਵਾਰਕ ਜਿਹਨੂੰ ਬੈਕਗਰਾਉਂਡ ਆ ਉਹ ਅਰਨੇਟੂ ਗਾਮੇ ਗਲੇ ਜੁੜੇ ਹੋਏ ਆ ਜਿਹਨੂੰ ਪਟਿਆਲੇ ਜ਼ਿਲ੍ਹੇ ਏਰੀਆ ਬਾਰਡਰ ਪਰ ਗਾਮ ਪੜਾਇਆ ਆਈ ਉਹ ਮਤਲਬ ਵੀ ਬਾਰਡਰ ਪਰ ਆ ਕੇ ਇੱਥੇ ਵੀ ਬਾਰਡਰ ਪਰ ਬੈਠੇ ਉਹ ਮਾਰੇ ਬਜ਼ੁਰਗ ਔਰ ਸੂਝ ਜਵਾਨਤਾ ਦੀ ਥੋੜ੍ਹੀ ਕਿਉਂਕਿ ਘੱਗਰ ਦਰਿਆ ਵੀ ਉਸ ਟਾਈਮ ਸਾਫ਼ ਪਾਣੀ ਚੱਲਦਾ ਉਦੋਂ ਡੰਗਰ ਰੱਖਣੇ ਖੇਤੀ ਕਰਨੀ ਜਾਂ ਕੋਈ ਹੋਰ ਸਬਜ਼ੀ ਵਗੈਰਾ ਉਗਾਉਣੀ ਇਹ ਉਹਨਾਂ ਮੁੱਖ ਕੰਮ ਤੇ ਅਤੇ ਹੌਲੀ ਹੌਲੀ ਫਿਰ ਮੈਨੇ ਉਹਨੂੰ ਆਪਣੇ ਪੜ੍ਹਾਈ ਵਾਸਤੇ ਕਿ ਉਹ ਵੀ ਪੜ੍ਹ ਕੇ ਮਾਰੇ ਕਬੀਲੇ ਪਹਿਲਾਂ ਕੋਈ ਵੀ ਨਹੀਂ ਪੜ੍ਹੇ ਸਭ ਤੋਂ ਪਹਿਲਾਂ ਮੈਂ ਉਹਨੂੰ PhD ਵੀ ਆਇਆ ਹੂੰ ਪਹਿਲੋਂ ਮੋਹਨ ਤਿਆਗੀ ਦੂਜੇ ਨੰਬਰ ਪਰ ਮੈਨੇ ਤਾਂ ਵੀ ਕਹਿ ਸਕੋ ਵੀ PhD ਮੈਂ ਯਾਰ ਕੰਮ ਚੱਲੇ ਰਹੇ ਪ੍ਰੋਜੈਕਟ ਜਿਹਨੂੰ ਮੈਂ ਆਪਣਾ ਕੰਮ ਕਰਨਾ ਵਾ ਉਹ ਆਪਣੇ ਕਬੀਲੇ ਲੋਕਾਂ ਬਾਰੇ ਕਰਨਾ ਵਾ ਵੀ ਜਿਹਨੂੰ ਜਿਹਨੇ ਉਹ ਕਹਾਣੀ ਆਪਣੇ ਬੱਚਿਆਂ ਨੂੰ ਸੁਣਾਉਂਦੇ ਜਿਹਨੂੰ ਪੰਜਾਬੀ ਲੋਕ ਗਥਾਵੇਂ ਕਵੇਂ ਉਹਦੇ ਪਰ ਸੱਭਿਆ ਔਰ ਸੱਭਿਆ ਸਮਾਜ ਤਰਾਈ ਅਧਿਐਨ ਕਰਨਾ ਵਾ ਵੀ ਲੋਕਾਂ ਨੂੰ ਪਤਾ ਲੱਗ ਸਕਦਾ ਵੀ ਇਹ ਮਾਰੀ ਚੀਜ਼ਾਂ ਗੱਲੇ ਜੁੜੀਆਂ ਹੋਈਆਂ ਓਕੇ ਥੈਂਕ ਯੂ